ਅੱਲਾ ਦੇ ਡਰ ਤੋਂ ਇਹ ਪੱਥਰ ਰੋਂਦੇ ਨਜ਼ਰ ਆਉਂਦੇ ਨੇ ਇਹ ਪੱਥਰਾਂ ਸੁਬਾਹਾਂ ਦੇ ਨਜ਼ਰ ਆਉਂਦੇ ਨੇ ਸੈਯਦਨਾ ਜਨਾਬ ਈਸਾ ਅਲੈਹਿ ਸਲਾਤੋ ਸਲਾਮ ਇੱਕ ਦਿਨ ਨਾ ਗੁਜ਼ਰੇ ਜਾ ਰਹੇ ਨੇ ਤੇ ਇੱਕ ਪੱਥਰ ਦੇ ਕੋਲੋਂ ਦੀ ਗੁਜ਼ਰ ਹੋਇਆ ਤੇ ਜਨਾਬ ਈਸਾ ਨੇ ਕੀ ਵੇਖਿਆ ਕਿ ਪੱਥਰ ਦੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਹੈ ਆਪਨੇ ਸੱਜੇ ਖੱਬੇ ਵੇਖਿਆ ਕੋਈ ਰੋਣ ਵਾਲਾ ਬੰਦਾ ਨਜ਼ਰ ਨਹੀਂ ਆਇਆ ਬੜੇ ਹੈਰਾਨ ਹੋਏ ਪਰੇਸ਼ਾਨ ਹੋਏ ਕਿ ਇਹ ਰੋਂਦਾ ਕੌਣ ਪਿਆ ਉਹਦੀ ਹੈਲਪ ਕੀਤੀ ਜਾਏ ਮਦਦ ਕੀਤੀ ਜਾਏ ਪਤਾ ਕੀਤਾ ਜਾਏ ਕਿਉਂ ਰੋਂਦਾ ਪਿਆ ਤੇ ਜਦੋਂ ਗੌਰ ਕੀਤਾ ਨਾ ਤੇ ਕੋਲ ਹੀ ਜਿਹੜਾ ਪੱਥਰ ਪਿਆ ਏ ਉਹ ਪੱਥਰ ਰੋ ਰਿਹਾ ਹੈ ਉਸ ਪੱਥਰ ਦੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਹੈ ਬਲਕਿ ਬਾਅਦ ਮੁਫਸਰੀਨ ਨੇ ਲਿਖਿਆ ਹੈ ਕਿ ਉਹ ਪੱਥਰ ਦੇ ਨੀਚੋਂ ਪਾਣੀ ਵਹਿੰਦਾ ਪਿਆ ਆਂਸੂ ਬਣ ਕੇ ਪਾਣੀ ਗਿਰਦਾ ਪਿਆ ਹੈ ਅੱਲਾਹੁ ਅਕਬਰ ਅੱਲਾ ਤਵੱਜੋ ਕਰਨਾ ਦਰਾ ਜਨਾਬ ਸੈਯਦਨਾ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਉਸ ਪੱਥਰ ਨਾਲ ਮੁਖਾਤਬ ਹੋਏ ਅੱਲਾ ਪਾਕ ਨੇ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਪੱਥਰ ਦੀ ਬੋਲੀ ਸਮਝਾ ਦਿੱਤੀ ਤੇ ਹਜ਼ਰਤ ਈਸਾ ਅਲੈਹਿ ਸਲਾਮ ਉਹਦੇ ਨਾਲ ਗੱਲ ਕਰਦੇ ਨੇ ਕਲਾਮ ਕਰਦੇ ਨੇ ਫਰਮਾਉਂਦੇ ਨੇ ਪੱਥਰਾਂ ਤੇਰੇ ਰੋਣ ਦੀ ਵਜ੍ਹਾ ਕੀ ਹੈ ਤੂੰ ਕਿਉਂ ਰੋਂਦਾ ਪਿਆ ਹੈ ਕਿਉਂ ਜਨਾਬ ਆਂਸੂ ਵਹਾਉਂਦਾ ਪਿਆ ਹੈ ਉਹਨੇ ਆਖਿਆ ਜੀ ਮੈਂ ਸੁਣਿਆ ਹੈ ਅੱਲਾ ਪਾਕ ਫਰਮਾਉਂਦੇ ਨੇ ਕਿ ਮੈਂ ਕਈਆਂ ਪੱਥਰਾਂ ਨੂੰ ਵੀ ਜਹੰਨਮ ਵਿੱਚ ਸੁੱਟ ਦੇਣਾ ਹੈ ਕਈ ਪੱਥਰ ਵੀ ਜਹੰਨਮ ਵਿੱਚ ਜਾਣਗੇ ਨਾ ਹਰ ਕੁਰਾਨ ਪਾਕ ਦੀ ਸੂਰਾ ਤਹਰੀਮ ਅੰਦਰ ਅੱਲਾ ਨੇ ਵਾਅਦੇ ਕਰਕੇ ਲਿਖਿਆ ਅੱਲਾ ਫਰਮਾਉਂਦੇ ਨੇ ਵਕੂਦੁਲ ਖੰਨਾਸ ਵਲ ਹਿਜਾਰਾ ਫਰਮਾਇਆ ਸੀ ਜਿਹੜੀ ਜਹੰਨਮ ਦੀ ਅੱਗ ਬਣਾਈ ਹੈ ਨਾ ਉਸ ਅੱਗ ਦਾ ਇੰਗ ਨਸੀਬ ਬੰਦਿਆਂ ਨੂੰ ਤੇ ਪੱਥਰਾਂ ਨੂੰ ਬਣਾ ਦਿੱਤਾ ਹੈ ਯਾਨੀ ਉਸ ਜਹੰਨਮ ਦੀ ਅੱਗ ਦੇ ਅੰਦਰ ਬੰਦੇ ਵੀ ਸੜਨਗੇ ਤੇ ਪੱਥਰ ਵੀ ਸੜਨਗੇ ਅੱਲਾਹੁ ਅਕਬਰ ਅੱਲਾਹ ਅੱਜ ਦੁਨੀਆ ਤੇ ਅੱਗ ਜਲਾਣੀ ਪੈ ਜਾਏ ਉਹਦੇ ਵਾਸਤੇ ਸਾਨੂੰ ਕੱਖਾਂ ਦੀ ਲੋੜ ਪੈਂਦੀ ਹੈ ਡੀਜ਼ਲ ਪੈਟਰੋਲ ਮਿੱਟੀ ਦੇ ਤੇਲ ਦੀ ਲੋੜ ਪੈਂਦੀ ਹੈ ਲੇਕਿਨ ਅੱਲਾਹ ਪਾਕ ਨੇ ਜਹੰਨਮ ਦੀ ਅੱਗ ਨੂੰ ਜਲਾਉਣ ਦਾ ਇੰਤਜ਼ਾਮ ਕੀਤਾ ਹੈ ਉਹਦਾ ਬਾਲਣ ਬੰਦਿਆਂ ਨੂੰ ਬਣਾਇਆ ਹੈ ਉਹਦਾ ਬਾਲਣ ਪੱਥਰਾਂ ਨੂੰ ਬਣਾਇਆ ਹੈ ਐਸ਼ਾ ਅਲੈਹਿ ਸਲਾਮ ਜੀ ਮੈਂ ਤਾਂ ਰੋਂਦਾ ਪਿਆ ਵਾਂ ਜਦੋਂ ਦਾ ਮੈਨੂੰ ਪਤਾ ਲੱਗਾ ਹੈ ਨਾ ਮੈਂ ਉਸ ਦਿਨ ਤੋਂ ਲੱਗ ਕੇ ਰੋਂਦਾ ਪਿਆ ਵਾਂ ਤੇ ਅੱਲਾ ਗਿਆਂ ਸੁਬਾਹਾਂ ਦਾ ਪਿਆ ਵਾਂ ਮੌਲਾ ਕਰੀਮਾ ਮੈਨੂੰ ਜਹੰਨਮ ਵਿੱਚ ਨਾ ਸੱਟ ਦੇਵੀਂ ਅੱਲਾ ਮੈਨੂੰ ਜਹੰਨਮ ਕੋਲੋਂ ਬਚਾ ਲਵੀਂ ਪੱਥਰ ਰੋਂਦੇ ਨੇ ਜਹੰਨਮ ਨੂੰ ਯਾਦ ਕਰਕੇ ਪੱਥਰ ਰੋਂਦੇ ਨੇ ਅੱਲਾ ਦੇ ਸਾਹਮਣੇ ਬੰਦਿਆ ਤੂੰ ਕਿਉਂ ਨਹੀਂ ਰੋਂਦਾ ਰੱਬ ਦੇ ਸਾਹਮਣੇ ਪੱਥਰ ਅੰਜੂ ਬਹਾਉਂਦਾ ਰੱਬ ਦੇ ਸਾਹਮਣੇ ਤੂੰ ਕਿਉਂ ਨਹੀਂ ਅੰਜੂ ਬਹਾਉਂਦਾ ਰੱਬ ਦੇ ਸਾਹਮਣੇ।